हां जी सत श्री अकाल दोस्तों पंजाब न्यूज टीवी देख रहे सारे स्रोत्यां जी पंजाब आन ने पांच नाल करता अजिहा कांड उड्डे सारे सार्या होश वापरी वडली वारदात ताजा वडी खबर खबर खबरन शू करण तू पहिला जे चॅनल सबस्क्राईब नाही सबस्क्राईब वाला लाइक एंड शेयर भी कर देना ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਖੁਲਾਸਾ ਕਰਦੇ ਆ ਕਿ ਲੜਕੀ ਨੇ ਗਵਾ ਕਰਨ ਪਿੱਛੇ ਉਸ ਦੀ ਮਤਰੀ ਮਾਮੇ ਨੂੰ ਉਸ ਦਾ ਕਤਲ ਕਰਕੇ ਉਸ ਨੂੰ ਨਹਾਟੇ ਸੌਂ ਦਿੱਤਾ ਹੈ। ਦਿਸ ਇਸ ਅਲ ਦ ਪੁਲਿਸ ਵੱਲੋਂ ਬੱਚੇ ਦੇ ਮਾਮਲੇ ਨੂੰ ਗ੍ਰਿਫਟਾ ਕਰ ਵੀ ਲਿਆ ਗਿਆ ਹੈ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਜੀ ਕਰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਭਾਸ ਚੰਦਰ ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ 14 ਸਾਲਾ ਦਾ ਬੱਚਾ ਗੁੰਮ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਬੱਚਾ ਸਕੂਲ ਜਾਣ ਤੋਂ ਬਾਅਦ ਪਲੇਟਾ ਬਣਾਉਂਦਾ ਕੰਮ ਸਿੱਖਦਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵਾਖ ਵਕਤਰਾ ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ ਸੁਭਾਸ਼ ਸਿੰਧਰ ਨੇ ਪੁਲਿਸ ਨੂੰ ਦਰਜ ਕਰਵਾਇਆ ਬਿਆਨ ਨਾ ਵੀ ਚੇਹੇ ਵੀ ਦੱਸਾਇਆ ਕਿ ਉਸ ਦਾ ਪਹਿਲਾ ਵਿਆਹ ਅਮਨਦੀਪ ਕੋਰਨਲ ਹੋਇਆ ਸੀ ਜਿਸ ਵਿੱਚ ਉਹ ਲੜਕਾ ਸੁਮਿਤ ਹੈ। ਅਮਨਦੀਪ ਕੋਰਨਲ ਵਿਆਹ ਤੋਂ 3 ਸਾਲ ਬਾਅਦ ਉਹਦਾ ਤਲਾਕ ਹੋ ਗਿਆ ਤੇ 2 ਸਾਲ ਬਾਅਦ ਉਸਦਾ ਵਿਆਹ ਰੇਨੂ ਨਾਮ ਦੀ ਲੜਕੀ ਨਾਲ ਹੋਇਆ ਜਿਸ ਕੋਲ ਇੱਕ ਲੜਕੀ ਪੈਦਾ ਹੋਈ। ਇਸ ਮਾਮਲੇ ਤੇ ਪੁਲਿਸ ਵੱਲੋਂ तशतीश की जा रही थी कि जांच दौरान पुलिस को नुप पता चलिया कि सुमित कुमार ने उस दतरे मामे अमरदीप वो अगवा करके उसका कतल कर देता है जिस तो बाद पुलिस ने दूषियों को गिरफ्तार करके कार्रवाई की गई है खबरान देखने तो बहुत बहुत